ਲਿਫਾਫਾ ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਦੇ ਵਿੱਚ ਪਹੁੰਚੇ ਹਾਂ। ਸਾਨੂੰ ਪਤਾ ਲੱਗਿਆ ਸੀਗਾ ਕਿ ਸੁੰਡੀ ਦੇ ਨਾਲ ਜਿਹੜੀਆਂ ਕਣਕਾਂ ਹੈ ਉਹਨਾਂ ਦਾ ਖਰਾਬਾ ਹੋਣ ਲੱਗਿਆ। ਉਹ ਸਾਰਾ ਅਸੀਂ ਆਹ ਨਿਰੀਖਣ ਕੀਤਾ ਕਣਕਾਂ ਦਾ, ਇਹ ਸਾਰੀ ਦੀ ਸਾਰੀ ਕਣਕ ਹੈ ਜਿਹੜੀ ਸੁਪਰ ਸੀਡਰ ਦੇ ਨਾਲ ਬੀਜੀ ਹੋਈ ਹੈ। ਜਦੋਂ ਪਰਾਲੀ ਨੂੰ ਅੱਗ ਲਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਸੀ ਉਦੋਂ ਵੀ ਅਸੀਂ ਇਹ ਕਹਿੰਦੇ ਸੀ ਕਿ ਜਿਹੜਾ ਪਰਾਲੀ ਦਾ ਮੁੱਦਾ ਹੈ ਇਹਨੂੰ ਜੱਕ ਲਖਤ ਹੱਲ ਨਹੀਂ ਕੀਤਾ ਜਾ ਸਕਦਾ, ਇਹਦੇ 'ਤੇ ਸਮਾਂ ਲੱਗੂਗਾ, ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ। ਝੋਨੇ ਦੀਆਂ ਕਿਸਮਾਂ ਵੱਖ ਵੱਖ ਆ ਗਈਆਂ, ਫਰਕ ਪੈਣ ਲੱਗ ਗਿਆ, ਪਿਛਲੇ ਸਾਲਾਂ ਦੇ ਮੁਕਾਬਲੇ 40% ਅੱਗ ਹੈ ਜਿਹੜੀ ਘੱਟ ਗਈ ਹੈ। ਪਰ ਨਹੀਂ, ਮਾਨ ਸਰਕਾਰ ਨੇ ਜਿਹੜਾ ਬਿਜਲੀ ਬਿੱਲ ਜਿਹੜਾ ਪ੍ਰਦੂਸ਼ਣ ਵਾਲਾ ਹੈਗਾ ਪੈਟਰੋਲ ਬਿੱਲ ਉਹਨੂੰ ਅੱਗੇ ਵਧਾਉਂਦਿਆਂ ਜਿਹਦੀ ਖਾਤਰ ਅਸੀਂ ਲੜੇ ਸੀ ਦਿੱਲੀ, ਤਾਂ ਖੇਤਾਂ ਦੇ ਵਿੱਚ SDM SPDC ਹੋਰ ਕਿੰਨੇ ਨੋਡਲ ਅਫਸਰ ਤਾਇਨਾਤ ਕਰਕੇ ਲੋਕਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਸੁਪਰ ਸੀਡਰ ਦੇ ਨਾਲ ਜਿਹੜੀ ਕਣਕ ਬੀਜੋ। ਇਹ ਸੁਪਰ ਸੀਡਰ ਦੇ ਨਾਲ ਬੀਜੀ ਹੋਈ ਕਣਕ ਹੈ, ਜਿੱਥੇ ਪਰਾਲੀ ਹੇਠਾਂ ਦੱਬੀ ਗਈ ਹੈ ਉੱਥੇ ਸਾਰੀ ਦੀ ਸਾਰੀ ਸੁੰਡੀ ਪੈ ਚੁੱਕੀ ਹੈ, ਸਾਰੀ ਦੀ ਸਾਰੀ ਫਸਲ ਇਹ ਬਰਬਾਦ ਹੋ ਚੁੱਕੀ ਹੈ। ਲਗਭਗ ਮੈਂ ਪਤਾ ਕੀਤਾ ਕਿ ਪਿੰਡ ਖਿਆਲੇ ਦੇ ਵਿੱਚ 250-300 ਏਕੜ ਜਿਹੜੀ ਕਣਕ ਹੈ ਉਹਦਾ ਇਹ ਹਾਲ ਹੋਇਆ ਵਾ। ਦੇਖੋ, ਇੱਕ ਕੁਦਰਤ ਦਾ ਨਿਯਮ ਆ, ਹਾਂ ਪੱਖ ਅਤੇ ਨਾ ਪੱਖ। ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਸਾਨੂੰ ਪਤਾ ਹੈ ਕਿ ਮਤਲਬ ਜਿਹੜੇ ਮਿੱਤਰ ਕੀੜੇ ਆ ਉਹ ਮਰ ਜਾਂਦੇ ਆ। ਜਦੋਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਜਿਹੜੇ ਦੁਸ਼ਮਣ ਕੀੜੇ ਆ ਉਹ ਉਤਸ਼ਾਹਿਤ ਹੋ ਜਾਂਦੇ ਆ। ਇੱਥੇ ਹੁਣ ਮਤਲਬ ਅੱਗ ਨਹੀਂ ਲੱਗੀ, ਜਿਹੜੇ ਮਿੱਤਰ ਕੀੜੇ ਸੀ ਬਚ ਗਏ ਹੋਣਗੇ, ਪਰ ਜਿਹੜੇ ਦੁਸ਼ਮਣ ਕੀੜੇ ਵਿੱਚ ਬੈਠੇ ਸੀ ਧਰਤੀ ਦੇ ਉਹ ਸਾਰੇ ਦੇ ਸਾਰੇ ਉਤਸ਼ਾਹਿਤ ਹੋ ਗਏ ਜਿਹਨੇ ਫਸਲ ਬਰਬਾਦ ਕਰ ਲਈ। ਇਸ ਕਰਕੇ ਅਸੀਂ ਕਹਿੰਦੇ ਸੀ ਕਿ ਪੰਜਾਬ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ, ਹੌਲੀ 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 ਇਹਦਾ ਬਦਲ ਆਪਾਂ ਲੱਭ ਲਾਂਗੇ, ਅਤੇ ਕਿਸਾਨ ਨੂੰ ਤੰਗ ਨਾ ਕਰੋ, ਪਰੇਸ਼ਾਨ ਨਾ ਕਰੋ, ਦੁਖੀ ਨਾ ਕਰੋ। ਰੈਡ ਐਂਟਰ ਗਿਆ ਕੀਤੀਆਂ, ਚਲਾਨ ਕੱਟੇ, ਜੁਰਮਾਨੇ ਕੀਤੇ। ਪਰ ਹੁਣ ਮੈਂ ਪੁੱਛਣਾ ਚਾਹੂੰਗਾ, ਕੱਲ੍ਹ ਨੂੰ 10 ਵਜੇ CM ਮਾਨ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੈ, ਇਹ ਕੱਲ੍ਹ ਨੂੰ ਮੈਂ ਲੈ ਕੇ ਵੀ ਜਾਊਂਗਾ ਤੁਹਾਥੋਂ ਰੁੱਗਾਂ ਦੇ ਰੁੱਗ। ਹੁਣ ਉਹਨਾਂ ਨੂੰ ਪੁੱਛਾਂਗੇ ਕਿ ਇਹਦਾ ਜ਼ਿੰਮੇਵਾਰ ਕੌਣ ਆ। ਉਦੋਂ ਤਾਂ ਤੁਸੀਂ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਤਾ ਕਿ ਇਹਨਾਂ ਨੇ ਪ੍ਰਦੂਸ਼ਣ ਫੈਲਾਤਾ। ਹੁਣ ਜਿਹੜੀਆਂ ਹਜ਼ਾਰਾਂ ਏਕੜ, ਇਹ ਤਾਂ ਇਕੱਲਾ ਮਤਲਬ ਮਾਨਸਾ ਜ਼ਿਲ੍ਹਾ ਨਾ, ਦੂਸਰੇ ਜ਼ਿਲ੍ਹਿਆਂ ਦਾ ਵੀ ਇਹੀ ਹਾਲ ਹੁੰਦਾ ਜਾਂਦਾ। ਇਹਦਾ ਜ਼ਿੰਮੇਵਾਰ ਕੌਣ ਹੈ, ਇਹਦੀ ਭਰਪਾਈ ਕੌਣ ਕਰੂਗਾ? ਇਹ ਤੁਹਾਡੇ ਜਿਹੜੇ ਖੇਤੀਬਾੜੀ ਦੇ ਮਾਹਰ ਸੀ ਜਿਹੜੇ ਕਹਿੰਦੇ ਸੁਪਰ ਸੀਡਰ ਸਭ ਤੋਂ ਉੱਚਤਮ ਕੁਆਲਿਟੀ ਦੀ ਮਸ਼ੀਨਰੀ ਹੈ, ਪਰ ਇਹਦਾ ਜਿਹੜਾ ਨਾ ਪੱਖ ਸੀ ਉਹ ਨਹੀਂ ਕਿਸੇ ਨੇ ਦੇਖਿਆ।
ਇਸ ਕਰਕੇ ਅੱਗੇ ਤੋਂ ਵੀ ਹੈ, ਮਤਲਬ ਇਹ ਅਸੀਂ ਨਵੀਂ ਫਸਲ ਬੀਜਦੇ ਹਾਂ ਜਾਂ ਪੁਰਾਣੀ ਨੂੰ ਛੱਡਦੇ ਹਾਂ, ਉਹਦੇ ਦੋਨੇ ਪੱਖ ਹੋਣਗੇ, ਉਹਦੇ ਹਾਂ ਵੀ ਹੋਣਗੇ ਨਾ ਵੀ ਹੋਣਗੇ। ਇਸ ਗੱਲ ਨੂੰ ਕੋਈ ਨਹੀਂ ਸਮਝ ਰਿਹਾ ਜਿਹੜੀ ਅਸੀਂ ਕਹਿ ਰਹੇ ਹਾਂ। ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ 8% ਪ੍ਰਦੂਸ਼ਣ ਅਸੀਂ ਫੈਲਾਇਆ, ਇਕੱਲੇ ਪੰਜਾਬ ਨੇ ਨਹੀਂ ਪੂਰੇ ਹਿੰਦੁਸਤਾਨ ਨੇ, 92% ਹੋਰਾਂ ਸਰੋਤਾਂ ਤੋਂ ਪ੍ਰਦੂਸ਼ਣ ਆਇਆ। 11 ਮਹੀਨੇ ਸਾਡੀਆਂ ਹਰੀਆਂ ਭਰੀਆਂ ਫਸਲਾਂ ਨੇ ਹੋਰ ਕਿਸੇ ਦਾ ਗੰਦ ਪਾਇਆ ਹੋਇਆ ਸਾਫ਼ ਕੀਤਾ, ਪਰ ਜੁਰਮਾਨੇ ਚਲਾਣ ਅਤੇ ਰੈਡ ਐਂਟਰੀਆਂ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ, ਆ ਜਿਹਦਾ ਮੋੜ ਕੇ ਦੁਬਾਰਾ ਫਿਰ ਨੁਕਸਾਨ ਹੋ ਗਿਆ। ਇਸ ਕਰਕੇ ਕਿਸਾਨਾਂ ਨੂੰ ਅਸੀਂ ਭਰੋਸਾ ਵੀ ਦਿਵਾਉਂਦੇ ਹਾਂ, ਨਾਲ ਹਮਦਰਦੀ ਵੀ ਅਸੀਂ ਪ੍ਰਗਟ ਕਰਦੇ ਹਾਂ। ਅਤੇ ਕੱਲ੍ਹ ਨੂੰ ਜਿਹੜੀ ਹੋਣ ਵਾਲੀ ਮੀਟਿੰਗ ਹੈ ਮੁੱਖ ਮੰਤਰੀ ਦੀ, ਉੱਥੇ ਪੂਰੇ ਜ਼ੋਰ ਸ਼ੋਰ ਨਾਲ ਇਹਦੀ ਮੰਗ ਕਰਾਂਗੇ ਕਿ ਸਾਰਾ ਜਿਹੜਾ ਕਣਕਾਂ ਦਾ ਖਰਾਬਾ ਹੋਇਆ ਉਹਦੀ ਭਰਪਾਈ ਕਰੇ, ਮਤਲਬ ਜਿਹੜੀ ਪੰਜਾਬ ਸਰਕਾਰ ਆ। ਅਤੇ ਅੱਗੇ ਤੋਂ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਜ਼ਿੰਮੇਵਾਰ ਹਾਂ, ਉਹਨਾਂ ਨੂੰ ਮਤਲਬ ਕੀ ਸਜ਼ਾਵਾਂ ਦਿੰਦੇ ਨੇ, ਕੀ ਪੁੱਛਦੇ ਨੇ ਉਹਨਾਂ ਤੋਂ, ਕਾਹਦੀਆਂ ਨੌਕਰੀਆਂ, ਲੱਖ ਲੱਖ ਰੁਪਈਆ, ਜੇ ਆਹੀ ਕੁਛ ਹੋਣਾ ਖੇਤਾਂ ਦੇ ਵਿੱਚ। ਸੋ ਇਸ ਕਰਕੇ ਕੋਈ ਗੱਲ ਨਹੀਂ, ਤਕੜੇ ਹੋਵੋ, ਲੜਾਂਗੇ। ਜਿੱਥੇ ਦੂਜੇ ਮੁਲਾਜ਼ਮੇ ਲਏ ਆ, ਕੱਲ੍ਹ ਨੂੰ ਅਸੀਂ ਮਰੀਆਂ ਫਸਲਾਂ ਹੋਰਾਂ ਦਾ, ਉੱਥੇ ਇਹਨੂੰ ਵੀ ਵਿੱਚ ਸ਼ਾਮਿਲ ਕਰਾਂਗੇ।